ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਜੇਕਰ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਜਰੂਰ ਕਰ ਲੈ ਜੀ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਕਰਨਾ ਵੀ ਨਾ ਭੁੱਲਣਾ ਤਾਂ ਦੋਸਤੋ ਜਿਵੇਂ ਬਹੁਤ ਸਾਰੇ ਸਟੂਡੈਂਟਸ ਦੇ ਮੈਸੇਜ ਆਏ ਸੀ ਕਿ ਸਰ ਜਿਹੜੇ ਮਾਸਟਰ ਕਾਰਡਰ ਦੀਆਂ ਪੋਸਟਾਂ ਆਈਆਂ ਨੇ ਉਹਨਾਂ ਦੀ ਲਾਸਟ ਡੇਟ ਵਧੀ ਕਿ ਨਹੀਂ ਵਧੀ ਤਾਂ ਦੋਸਤੋ ਹਲੋ ਨੋਟਿਸ ਚੱਕੋ ਆ ਗਿਆ ਹੈ ਨੋਟਿਸ ਤਾਂ ਦੇਖੋ ਨੋਟਿਸ ਵਿੱਚ ਕੀ ਲਿਖਿਆ ਕਿ ਸਿੱਖਿਆ ਵਿਭਾਗ ਪੰਜਾਬ ਵੱਲੋਂ 16 12 2021 ਨੂੰ ਦਿੱਤੇ ਵੇ ਵਿਗਿਆਪਨ ਦੀ ਲਗਾਤਾਰਤਾ ਵਿੱਚ ਮਿਤੀ 8 1 2022 ਨੂੰ ਦਿੱਤੇ ਮਾਸਟਰ ਕਾਰਡਰ ਦੀਆਂ ਵਾਕ-ਵਾਕ ਵਿਸ਼ਿਆਂ ਦੀ ਭਰਤੀ ਲਈ ਦਿੱਤੇ ਕਿ ਵਿਗਿਆਪਨ ਸੰਬੰਧੀ ਉਮੀਦਵਾਰ ਪਾਸੋਂ ਮਿਤੀ 31 1 2022 ਤੱਕ ਆਨਲਾਈਨ ਅਰਜ਼ੀਆਂ ਦੀ ਮੰਗ ਕੀਤੀ ਗਈ ਸੀ ਪਰੰਤੂ ਉਮੀਦਵਾਰਾਂ ਵੱਲੋਂ ਪ੍ਰਾਪਤ ప్రతిਬੇਨਤੀ ਅਨੁਸਾਰ ਆਨਲਾਈਨ ਅਪਲਾਈ ਕਰਨ ਵਿੱਚ ਆ ਰਹੀਆਂ ਤਕਨੀਕੀ ਮੁਸ਼ਕਲਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਉਹਨਾਂ ਆਨਲਾਈਨ ਅਪਲਾਈ ਕਰਨ ਦੀ ਵੀਅਦੀ 10 ਤੰ 2022 ਤੱਕ ਵਾਅਦਾ ਕੀਤਾ ਜਾਂਦਾ ਹੈ। ਬਾਕੀ ਸ਼ਰਤਾਂ ਤੇ ਮਤਲਬ ਕਿ ਕੰਡੀਸ਼ਨਸ ਵਿਭਾਗ ਦੀਆਂ ਵੈਬਸਾਈਟ ਉੱਤੇ ਉਪਲਬਧ ਦੀ ਵੀ ਅਨੁਸਾਰੀ ਹੋਣਗੀਆਂ। ਮਤਲਬ ਕਿ ਬਾਕੀ ਸਾਰਾ ਕੁਝ ਉਹੀ ਹੈ ਬਸ ਜਿਹੜੀ ਡੇਟ ਹੈ ਉਹ ਐਕਸਟੈਂਡ ਹੋ ਚੁੱਕੀ ਹੈ 10 ਤੰ 2022 ਤੱਕ ਤੁਸੀਂ ਹੁਣ ਅਪਲਾਈ ਕਰ ਸਕਦੇ ਹੋ। ਤਾਂ ਦੋਸਤੋ ਜਿਹੜੇ ਰਹਿ ਗਏ ਸੀ ਸਟੂਡੈਂਟ ਉਹ ਹੁਣ ਅਪਲਾਈ ਕਰ ਦੇਣ ਅਤੇ ਵੀਡੀਓ ਨੂੰ ਵੀ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਤਾਂ ਕਿ ਹੋਰਾਂ ਤੱਕ ਵੀ ਪਹੁੰਚ ਜਾਵੇ। ਧੰਨਵਾਦ ਦੋ